ਪੰਜਾਬੀ ਪ੍ਰਚਾਰ ਨਾਲ ਜੁੜੇ ਦੁਨੀਆ ਭਰ ਦੇ ਵਿੱਚ ਸਾਰੇ ਦੋਸਤਾਂ ਨੂੰ ਅਹਿਮਦ ਰਜ਼ਾ ਦਾ ਸਲਾਮ, ਨਮਸਕਾਰ ਔਰ ਸਤਿ ਸ਼੍ਰੀ ਅਕਾਲ। ਦੋਸਤੋ, ਸਾਡੀ ਹਮੇਸ਼ਾ ਤੋਂ ਇਹੀ ਕੋਸ਼ਿਸ਼ ਰਹੀ ਹੈ ਕਿ ਅਸੀਂ ਉਹ ਟੌਪਿਕਸ ਜਿਹੜੇ ਇੰਤਹਾਈ ਜ਼ਰੂਰੀ ਹੈ ਉਹਨਾਂ 'ਤੇ ਅਸੀਂ ਡਿਬੇਟ ਕਰਦੇ ਰਹੀਏ, ਉਹਨਾਂ 'ਤੇ ਗੱਲਬਾਤ ਕਰਦੇ ਰਹੀਏ, ਤਾਂ ਕਿ ਉਹ ਜਿਹੜੀਆਂ ਉਹਨਾਂ ਦੇ ਵਿੱਚ ਗੁੰਝਲਾਂ ਪੈ ਰਹੀਆਂ ਹਨ ਉਹਨਾਂ ਨੂੰ ਅਸੀਂ ਉਹ ਤੁਹਾਡੇ ਸਾਹਮਣੇ ਖੋਲ੍ਹ ਕੇ ਬਿਆਨ ਕਰ ਸਕੀਏ। ਔਰ ਇਹ ਪ੍ਰੋਗਰਾਮ ਜ਼ਰੂਰੀ ਕਿਉਂ ਹਨ? ਇਹ ਜ਼ਰੂਰੀ ਇਸ ਲਈ ਹਨ ਕਿ ਉਹਦੇ ਵਿੱਚ ਜਦੋਂ ਕੋਈ ਇੱਕ ਐਂਡ ਤੋਂ ਮਨਫੀ ਤਨਕੀਦ ਬਹੁਤ ਜ਼ਿਆਦਾ ਹੱਦ ਤੱਕ ਵੱਧ ਜਾਂਦੀ ਹੈ ਤਾਂ ਉਹਦਾ ਜਵਾਬ ਆਉਣਾ ਜ਼ਰੂਰੀ ਹੁੰਦਾ ਹੈ। ਅਗਰ ਜਵਾਬ ਨਹੀਂ ਆਏਗਾ ਤਾਂ ਇੱਕ ਜਿਹੜਾ ਮਨਫੀ ਪ੍ਰੋਪੇਗੰਡਾ ਹੈ ਉਹ ਹਾਵੀ ਹੁੰਦਾ ਜਾਏਗਾ ਔਰ ਉਹਦਾ ਅਲਟੀਮੇਟਲੀ ਨੁਕਸਾਨ ਹੁੰਦਾ ਹੈ। ਅੱਜ ਅਸੀਂ ਇੱਕ ਵਾਰੀ ਫਿਰ ਗੱਲ ਕਰਨ ਚੱਲੇ ਹਾਂ ਕਰਤਾਰਪੁਰ ਕੋਰੀਡੋਰ 'ਤੇ। ਕਰਤਾਰਪੁਰ ਕੋਰੀਡੋਰ ਨਾ ਸਿਰਫ ਪੰਜਾਬੀਆਂ ਵਾਸਤੇ ਬਹੁਤ ਅਹਿਮ ਹੈ ਬਲਕਿ ਇਸ ਖਿੱਤੇ ਵਾਸਤੇ ਇੱਕ ਬੜੀ ਸਿੰਬੋਲਿਕ ਔਰ ਇਲਾਮਤੀ ਹੈਸੀਅਤ ਉਹ ਇਖਤਿਆਰ ਕਰ ਚੁੱਕਿਆ ਔਰ ਇਹਦੇ 'ਤੇ ਯਕੀਨਨ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਹੈ ਔਰ ਇਸ 'ਤੇ ਅੱਜ ਜੋ ਗੱਲਾਂ ਬਾਤਾਂ ਹੋ ਰਹੀਆਂ ਹਨ ਉਹਨਾਂ 'ਤੇ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅੱਜ ਸਾਡੇ ਨਾਲ ਮਸ਼ਹੂਰ ਸਹਾਫ਼ੀ ਮੀਆਂ ਆਸਿਫ ਸਾਹਿਬ। ਮੀਆਂ ਆਸਿਫ ਦੀ ਸਿਆਸਤ 'ਤੇ ਜਿਸ ਤਰ੍ਹਾਂ ਨਜ਼ਰ ਹੈ ਉਸੇ ਤਰੀਕੇ ਦੇ ਨਾਲ ਇਹਨਾਂ ਦੋਨਾਂ ਜਿਹੜੇ ਮੁਲਕ ਹਨ ਔਰ ਖਾਸ ਕਰ ਜਿਹੜੀ ਪੰਜਾਬੀ ਕੌਮ ਹੈ ਇਹਨਾਂ ਦੇ ਆਪਸੀ ਤਲੁਕਾਤ ਕਿਸ ਤਰ੍ਹਾਂ ਬਿਹਤਰ ਹੋ ਸਕਦੇ ਨੇ ਇਹਦੇ 'ਤੇ ਵੀ ਖਾਸ ਨਜ਼ਰ ਹੈ। ਸੋ ਅਸੀਂ ਮੀਆਂ ਸਾਹਿਬ ਤੁਹਾਡੇ ਤੋਂ ਇਹ ਪੁੱਛਾਂਗੇ ਕਿ ਅੱਜ ਕੱਲ੍ਹ ਇੱਕ ਖਾਸ ਏਜੰਡੇ ਦੇ ਤਹਿਤ ਤੁਸੀਂ ਕਹਿ ਸਕਦੇ ਹੋ ਜਾਂ ਕਿ ਖਾਸ ਏਜੰਡਾ ਅਗਰ ਅਸੀਂ ਨਾ ਵੀ ਕਵੀਏ ਤਾਂ ਅੱਜ ਕੱਲ੍ਹ ਸਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਹਨ ਉਹ ਕਰਤਾਰਪੁਰ ਕੋਰੀਡੋਰ ਬਾਰੇ ਇਹ ਸੁਣਨ ਨੂੰ ਮਿਲ ਰਹੀਆਂ ਹਨ ਕਿ ਕਰਤਾਰਪੁਰ ਕੋਰੀਡੋਰ ਦੇ ਵਿੱਚ ਆਮ ਬੰਦੇ ਦਾ ਦਾਖਲਾ ਉਹ ਕਿਉਂ ਮਨ੍ਹਾ ਕਰ ਦਿੱਤਾ ਗਿਆ ਹੈ ਜਦਕਿ ਇਹ ਤਾਂ ਇੱਕ ਦੋਸਤੀ ਦਾ ਪੈਗਾਮ ਹੈ, ਇੱਕ ਅਮਨ ਦਾ ਕੋਰੀਡੋਰ ਹੈ, ਇਹਨੂੰ ਤਾਂ ਜ਼ਿਆਦਾ ਵੀ ਖਾਣਾ ਚਾਹੀਦਾ ਸੀ। ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ? ਇੱਕ ਜਿਹੜਾ ਨੈਗੇਟਿਵ ਇੱਕ ਮਨਫੀ ਪ੍ਰੋਪਗੰਡਾ ਹੈ ਉਹ ਦਿਨ ਬ ਦਿਨ ਹਾਵੀ ਹੋ ਰਿਹਾ ਕਿ ਉੱਥੇ ਐਸੀ ਕੀ ਚੀਜ਼ ਹੈ ਜਿਹਨੂੰ ਕੁਛ ਛੁਪਾ ਕੇ ਤੁਸੀਂ ਬੈਠੇ ਹੋ ਔਰ ਉਹ ਆਮ ਬੰਦਾ ਉਹਨੂੰ ਨਹੀਂ ਦੇਖ ਸਕਦਾ ਔਰ ਉਹਦੇ ਬਾਰੇ ਮੁਖਤਲਿਫ ਕਿਆਸ ਰਾਈਆਂ ਕਰ ਰਹੀ ਹੈ, ਉਹਨਾਂ ਕਿਆਸ ਰਾਈਆਂ ਦੀ ਬੁਨਿਆਦ 'ਤੇ ਉਹ ਗਲਤ ਖਬਰਾਂ ਵੀ ਅੱਗੇ ਉਹ ਵਧਾਈ ਜਾ ਰਹੀ ਹੈ ਅਤੇ ਇਹ ਕੀ ਹੋ ਰਿਹਾ ਕੁਝ ਦੱਸੋ ਸਾਨੂੰ ਸੁਣਨ ਵਾਲਿਆਂ ਨੂੰ। ਬਹੁਤ ਸ਼ੁਕਰੀਆ ਰਜ਼ਾ ਸਾਹਿਬ ਪ੍ਰੋਗਰਾਮ ਵਿੱਚ ਸੱਦਣ ਦਾ ਅਤੇ ਗੱਲਬਾਤ ਕਰਨ ਦਾ। ਬੜਾ ਅਹਿਮ ਟੌਪਿਕ ਹੈ ਜਿਹਦੇ ਉੱਤੇ ਤੁਸੀਂ ਅੱਜ ਗੱਲਬਾਤ ਕਰ ਰਹੇ ਹੋ, ਜਿਹੜਾ ਪ੍ਰੋਗਰਾਮ ਕਰ ਰਹੇ ਹੋ ਕਰਤਾਰਪੁਰ ਕੋਰੀਡੋਰ ਅਤੇ ਉਹਨੂੰ ਕਾਰਡਨ ਆਫ ਕਰਨਾ। ਸਿਕਿਉਰਿਟੀ ਉੱਥੇ ਜ਼ਰੂਰੀ, ਸਿਰ ਕੋਈ ਸ਼ੱਕ ਨਹੀਂ ਕਿ ਬੜਾ ਅਹਿਮ ਪ੍ਰੋਗਰਾਮ ਹੈ, ਬੜਾ ਵੱਡਾ ਪ੍ਰੋਜੈਕਟ ਆ ਪਾਕਿਸਤਾਨ ਇੰਡੀਆ ਦੇ ਵਿਚਕਾਰ ਦੋਸਤੀ ਦਾ, ਪਾਕਿਸਤਾਨ ਇੰਡੀਆ ਦੇ ਵਿਚਕਾਰ ਭਾਈਚਾਰੇ ਦਾ, ਖਸੂਸਨ ਦੋਵਾਂ ਦੇਸ਼ਾਂ ਦੇ ਪੰਜਾਬਾਂ ਨੂੰ ਨੇੜੇ ਲਿਆਉਣ ਲਈ ਬੜਾ ਅਹਿਮ ਪ੍ਰੋਜੈਕਟ ਸੀਗਾ। ਉਹਦੀ ਸਿਕਿਉਰਿਟੀ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੋਈ ਵੀ ਐਸਾ ਕੰਮ ਹੋ ਸਕਦਾ, ਕੋਈ ਵੀ ਥਰਡ ਪਾਰਟੀ ਅਸੀਂ ਆ ਸਕਦੀ ਹੈ ਜਾਂ ਕੋਈ ਵੀ ਐਸਾ ਮਾਮਲਾ ਨਾ ਹੋਵੇ ਕਿ ਜਿਹਦੀ ਵਜ੍ਹਾ ਤੋਂ ਬਣਿਆ ਬਣਾਇਆ ਕੰਮ ਵਿਗੜ ਜਾਵੇ। ਉਸ ਲਈ ਸਿਕਿਉਰਿਟੀ ਤਾਂ ਜੀ ਬਹੁਤ ਜ਼ਿਆਦਾ ਜ਼ਰੂਰੀ ਸੀ, ਪਰ ਸਿਕਿਉਰਿਟੀ ਦੇ ਨਾਲ ਨਾਲ ਇੱਕ ਹੋਰ ਕੰਮ ਬੜਾ ਅਜੀਬ ਹੋ ਗਿਆ ਉੱਥੇ। ਹਾਲਾਂਕਿ ਜਦੋਂ ਪਹਿਲੇ ਉੱਥੇ ਹੁੰਦਾ ਸੀਗਾ ਗੁਰਦੁਆਰਾ, ਪਹਿਲੇ ਵੀ ਆਇਆ ਸੀ ਦਰਬਾਰ ਸਾਹਿਬ ਦਾ, ਲੋਕ ਆਉਂਦੇ ਸੀਗੇ, ਜਾਂਦੇ ਸੀ, ਦਰਸ਼ਨ ਕਰਦੇ ਸੀ। ਸਿਕਿਉਰਿਟੀ ਠੀਕ ਹੈ, ਉੱਥੇ ਸੀਗੀ, ਇਜਾਜ਼ਤ ਬਗੈਰ ਅੰਦਰ ਨਹੀਂ ਸੀ ਜਾਣ ਦਿੰਦੇ, ਪਰ ਉਸ ਏਰੀਏ 'ਚ ਨਹੀਂ ਸੀ ਐਵੇਂ ਰੋਕਿਆ ਜਾਂਦਾ। ਪਰ ਹੁਣ ਉਸ ਏਰੀਏ ਨੂੰ ਬਿਲਕੁਲ ਜਿੱਦਾਂ ਮਮਨੂਆ ਇਲਾਕਾ ਕਰਾਰ ਦੇ ਦਿੱਤਾ ਜਾਂਦਾ, ਲੋਗੋ ਏਰੀਆ ਬਣਾ ਦਿੱਤਾ ਗਿਆ, ਕਿਸੇ ਨੂੰ ਉਹਦੇ ਕੋਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਹਾਲਾਂਕਿ ਇਹ ਪਾਕਿਸਤਾਨ ਅਤੇ ਇੰਡੀਆ ਦੇ ਦਰਮਿਆਨ ਇੱਕ ਵੱਡਾ ਪ੍ਰੋਜੈਕਟ ਸੀ, ਪੂਰੀ ਦੁਨੀਆ ਦੇ ਜਿਹਦੇ ਉੱਤੇ ਨਜ਼ਰਾਂ ਅਤੇ ਹਰ ਕੋਈ ਉਹਨੂੰ ਦੇਖਣਾ ਚਾਹੁੰਦਾ ਸੀ। ਹੋ ਸਕਦਾ ਕਿ ਠੀਕ ਆਮ ਲੋਕਾਂ ਦੇ ਰੂਪ ਦੇ ਵਿੱਚ ਕੋਈ ਹੋਰ ਬੰਦਾ ਨਾ ਆ ਜਾਵੇ, ਕੋਈ ਟੈਰਰਿਸਟ ਜਾਂ ਕੋਈ ਖਤਰਨਾਕ ਬੰਦਾ ਨਾ ਆ ਜਾਵੇ ਜਿਹੜਾ ਉਹਨੂੰ ਸਬੂਤਾਸ਼ ਕਰੇ, ਉਹਨਾਂ ਨੂੰ ਤਾਂ ਰੋਕਿਆ ਗਿਆ। ਪਰ ਇਹਦੇ ਨਾਲ ਨਾਲ ਮੀਡੀਆ ਜਿਹੜਾ ਉਹ ਵੀ ਬੰਦ ਕਰਤਾ ਗਿਆ, ਇਹਦੀ ਮੀਡੀਆ ਦੀ ਵੀ ਉੱਥੇ ਤਾਂ ਕੋਈ ਰਸਾਈ ਨਹੀਂ, ਉੱਥੋਂ ਜਿਹੜੀਆਂ ਫੋਟੋਆਂ ਆ ਜਾਂਦੀਆਂ ਵਾ ਜਾਂ ਕੋਈ ਵੀਡੀਓ ਕਲਿੱਪ ਆ ਜਾਂਦੇ ਆ ਉਹ ਬਾਜ਼ੂਕਾ ਸਰਕਾਰੀ ਤੌਰ 'ਤੇ ਜਾਰੀ ਕੀਤੇ ਜਾਂਦੇ ਆ ਅਤੇ ਉਹ ਮਿਲ ਜਾਂਦੇ ਆ, ਪਰ ਉੱਥੇ ਜਾਣ ਕਿਸੇ ਨਹੀਂ ਦਿੱਤਾ ਜਾ ਰਿਹਾ। ਹਾਲਾਂਕਿ ਹੋਣਾ ਇਹ ਚਾਹੀਦਾ ਸੀ ਕਿ ਚਲੋ ਆਮ ਲੋਕ ਨਾ ਸੀ, ਕਮ ਅਜ਼ ਕਮ ਮੀਡੀਆ ਨੂੰ ਉੱਥੇ ਜਾਣ ਦਿੱਤਾ ਜਾਂਦਾ ਤਾਂ ਕਿ ਉਹ ਦੱਸ ਦੇ ਕਿ ਉੱਥੇ ਕਿੰਨਾ ਕੰਮ ਹੋ ਚੁੱਕਿਆ, ਡਿਵੈਲਪਮੈਂਟ ਦਾ ਕਿੰਨਾ ਵਰਕ ਹੋ ਚੁੱਕਿਆ, ਉੱਥੇ ਕੀ ਕੁਛ ਬਣ ਚੁੱਕਿਆ,
ਕੀ ਕੁਛ ਬਣਾਇਆ ਜਾ ਰਿਹਾ, ਕਿਹੜੀਆਂ ਕਿਹੜੀਆਂ ਸਹੂਲਤਾਂ ਦੇ ਉੱਤੇ ਕੰਮ ਕੀਤੇ ਜਾ ਰਹੇ ਆ, ਕਿੱਡਾ ਵੱਡਾ ਕੰਪਲੈਕਸ ਆ, ਉਹਦੇ ਵਿੱਚ ਕੀ ਆ, ਤਾਂ ਕਿ ਉਹ ਦੱਸਿਆ ਜਾਂਦਾ ਪੂਰੀ ਦੁਨੀਆ ਨੂੰ, ਪਤਾ ਲੱਗਦਾ ਪਾਕਿਸਤਾਨ ਦਾ ਜਿਹੜਾ ਇੱਕ ਮਸਬਤ ਚਿਹਰਾ ਸੀਗਾ, ਇੱਕ ਪੋਜ਼ਿਟਿਵ ਇੰਪੈਕਟ ਸੀ, ਉਹ ਪੂਰੀ ਦੁਨੀਆ ਦੇ ਸਾਹਮਣੇ ਆਉਂਦਾ। ਇਹ ਬੜਾ ਜ਼ਰੂਰੀ ਸੀ, ਪਰ ਸਮਝ ਨਹੀਂ ਆ ਰਹੀ ਕਿ ਇਹਦੇ ਵਿੱਚ ਕੀ ਅਸੀਂ ਮਸਲੇ ਤਾਂ ਕਿਹੜਾ ਐਸਾ ਕੰਮ ਆ ਕਿ ਉਹ ਰੋਕ ਦਿੱਤਾ ਗਿਆ, ਕੋਈ ਵੀ ਉੱਥੇ ਨਹੀਂ ਜਾ ਰਿਹਾ, ਨਾ ਹੀ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ। ਜੀ ਬਿਲਕੁਲ ਮੀਆਂ ਸਾਹਿਬ, ਇੱਕ ਬਹੁਤ ਅੱਛਾ ਕੰਮ ਸੀ, ਇਹਨੂੰ ਛੁਪਾਉਣ ਦੀ ਕੋਈ ਇਤਨੀ ਜ਼ਰੂਰਤ ਨਹੀਂ ਸੀ। ਔਰ ਸਕਿਉਰਟੀ ਇਸ਼ੂ ਜਿਹੜੇ ਹਨ, ਉਹ ਸਕਿਉਰਟੀ ਅਦਾਰੇ ਬਿਲਕੁਲ ਉਹਨੂੰ ਨਿਬੜਨਾ ਜਾਣਦੇ ਹਨ, ਕਿਸ ਨਾ ਕਿਸ ਤਰੀਕੇ ਦੀ ਕਿਸ ਸੂਰਤ ਹਾਲ ਨੂੰ ਕਿਸ ਤਰ੍ਹਾਂ ਨਿਬੜਿਆ ਜਾ ਸਕਦਾ। ਹੁਣ ਹੋਣਾ ਇਹ ਚਾਹੀਦਾ ਸੀ ਕਿ ਸਰਕਾਰੀ ਰੋਡ ਦੇ ਦੋਨੋਂ ਐਂਡ ਤੋਂ, ਕਿਉਂਕਿ ਇਹ ਇਕੱਲਾ ਪਾਕਿਸਤਾਨ ਦੇ ਐਂਡ ਤੋਂ ਨਹੀਂ ਹੈ, ਇਹ ਇੰਡੀਆ ਦੇ ਐਂਡ ਤੋਂ ਵੀ ਆਉਣਾ ਚਾਹੀਦਾ ਸੀ। ਸੋ ਇਹ ਕੰਪੀਟੀਸ਼ਨ ਦੀ ਜਿਹੜੀ ਫਿਜ਼ਾ ਪੈਦਾ ਹੋਣੀ ਚਾਹੀਦੀ ਸੀ ਵੀ ਉੱਧਰ ਕੀ ਹੋ ਰਹੀ ਹੈ ਅਤੇ ਇੱਧਰ ਕੀ ਹੋ ਰਹੀ ਹੈ, ਉਹ ਸਾਨੂੰ ਹਰ ਦਿਨ ਦੀ ਜਿਹੜੀ ਕਾਰਵਾਈ ਹੈ ਉਹ ਅਗਰ ਨਜ਼ਰ ਆਉਂਦੀ ਤਾਂ ਉਹਦੇ 'ਤੇ ਲੋਕਾਂ ਦਾ ਇੱਕ ਫੋਕਸ ਜ਼ਿਆਦਾ ਹੁੰਦਾ। ਹੁਣ ਲੋਕਾਂ ਤੋਂ ਇਸ ਨੂੰ ਹਟਾ ਦਿੱਤਾ ਗਿਆ ਹੈ, ਜਿਵੇਂ ਕੋਈ ਬਿਲਕੁਲ ਇੱਕ ਚੀਜ਼, ਤੁਸੀਂ ਬੜਾ ਇੱਕ ਅਜੀਬ ਜਿਹਾ ਲਫਜ਼ ਹੈ ਕਿ ਲੋਕਾਂ ਵਾਸਤੇ ਹਰਾਮ ਕਰ ਦਿੱਤੀ ਗਈ ਇੱਕ ਚੀਜ਼ ਵੇਖਣਾ। ਸੋ ਇਹ ਬੜਾ ਅਜੀਬ ਲੱਗਦਾ ਹੈ। ਹੁਣ ਇਸੇ ਹੀ ਦੌਰਾਨ, ਕਿਉਂਕਿ ਤੁਸੀਂ ਜ਼ਬਾਨਾਂ ਨੂੰ ਨਹੀਂ ਰੋਕ ਸਕਦੇ, ਸਾਡੇ ਇਜਤਮਾਈ ਅਗਰ ਅਸੀਂ ਦੇਖੀਏ ਤਾਂ ਸਾਡੀ ਸੋਚ ਜਿਹੜੀ ਹੈ ਉਹ ਨੈਗੇਟਿਵ ਹੈ, ਔਰ ਖਾਸ ਕਰ ਇਸ ਖਿੱਤੇ ਦੀ ਸੋਚ ਬੜੀ ਨੈਗੇਟਿਵ ਹੈ, ਸਾਨੂੰ ਨੈਗੇਟਿਵ ਜਿਹੜੀਆਂ ਚੀਜ਼ਾਂ ਨੇ ਉਹ ਬੜੀਆਂ ਅਪੀਲ ਕਰਦੇ ਹਨ। ਅੱਜ ਕੱਲ੍ਹ ਹੁਣ ਜਿਹੜਾ ਮੇਰੇ ਕੋਲੋਂ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤਾ, ਜਾਂ ਤੁਹਾਡੇ ਤੋਂ ਵੀ ਲੋਕ ਸਵਾਲ ਕਰਦੇ ਰਹਿੰਦੇ ਨੇ ਕਿ ਉੱਥੇ ਹੋ ਕੀ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜਿਹੜੀ ਬਾਬਾ ਗੁਰੂ ਨਾਨਕ ਦੇ ਨਾਲ ਕੋਈ ਪਵਿੱਤਰ ਥਾਵਾਂ ਸਨ, ਉਹ ਅਸਥਾਨ ਸਨ ਜਿੱਥੇ ਬਾਬਾ ਗੁਰੂ ਨਾਨਕ ਬੈਠਦੇ ਸਨ, ਸਾਰਾ ਕੁਝ ਹੁੰਦਾ ਸੀ, ਉਹ ਸਿਰਫ ਗੁਰਦੁਆਰਾ ਬਚਾ ਲਿਆ ਗਿਆ ਹੈ। ਗੁਰਦੁਆਰੇ ਤੋਂ ਇਲਾਵਾ ਬਾਕੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਡਾ ਦਿੱਤੀਆਂ ਗਈਆਂ, ਜਿਹਦੇ ਵਿੱਚ ਜਿਹੜੇ ਦੋ ਖੂਹ ਹਨ, ਇੱਕ ਉਹ ਖੂਹ ਜਿਹੜਾ ਜ਼ਰਾਤ ਵਾਸਤੇ ਔਰ ਵਾਈ ਬੀਜੀ ਵਾਸਤੇ ਬਾਬਾ ਨਾਨਕ ਖੁਦ ਯੂਜ਼ ਕਰਦੇ ਸੀ, ਦੂਸਰਾ ਖੂਹ ਵੀ ਆਪ ਦੀ ਜ਼ਿੰਦਗੀ ਦਾ ਹੀ ਹੈ, ਔਰ ਇਹਦੀ ਇੱਕ ਮਜ਼ਹਬੀ ਅਹਿਮੀਅਤ ਹੈ ਹੀ ਸਿੱਖੀ ਦੇ ਨਾਲ, ਔਰ ਹਰ ਜਿਹੜਾ ਗੁਰੂ ਨਾਨਕ ਦੇ ਮੰਨਣ ਵਾਲਾ, ਉਹਨਾਂ ਦੀ ਕਦਰ ਕਰਨ ਵਾਲਾ, ਉਹ ਮੁਸਲਿਮ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਉਹਦੇ ਵਾਸਤੇ ਇੰਪੋਰਟੈਂਟ ਹੈ। ਲੇਕਿਨ ਦੂਸਰਾ ਸਾਰੇ ਕਦੀਮਾਂ ਵਾਸਤੇ ਵੀ ਅਗਰ ਉਸ ਪਰਸਪੈਕਟਿਵ ਦੇ ਵਿੱਚ ਵੀ ਦੇਖੀਏ ਤਾਂ ਬੜੀਆਂ ਅਹਿਮ ਚੀਜ਼ਾਂ ਹਨ। ਅਤੇ ਇਹ ਖਬਰਾਂ ਤੁਸੀਂ ਚੈੱਕ ਕੀਤਾ ਹੋਏਗਾ ਕਿ ਇਹਦੇ ਵਿੱਚ ਕੀ ਹਕੀਕਤ ਹੈ, ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਪਤਾ ਚੱਲੇ ਵੀ ਉੱਥੇ ਹੋ ਕੀ ਰਿਹਾ। ਦੇਖੋ, ਉਹਨੂੰ ਬੰਦ ਕਰਨ ਦਾ ਅਤੇ ਜਿਹੜਾ ਸ਼ਜਰੇ ਮਮਨੂਆ ਕਰਾਰ ਦੇਣ ਦਾ ਨੁਕਸਾਨ ਸਭ ਤੋਂ ਵੱਡਾ ਇਹੀ ਹੋਇਆ ਕਿ ਆਮ ਬੰਦਾ ਉੱਥੇ ਨਹੀਂ ਸੀ ਜਾ ਸਕਦਾ, ਮੀਡੀਆ ਵੀ ਉੱਥੇ ਨਹੀਂ ਜਾ ਸਕਦਾ, ਅਤੇ ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਵਾ ਉਹ ਫੈਲਣੀਆਂ ਸ਼ੁਰੂ ਹੋ ਗਈਆਂ। ਲੋਕਾਂ ਨੇ ਇਹਦੇ ਬਾਰੇ ਗੱਲਾਂ ਸ਼ੁਰੂ ਕਰਤੀਆਂ ਕਿ ਉੱਥੇ ਪਤਾ ਨਹੀਂ ਕੀ ਹੋ ਗਿਆ, ਸਾਰਾ ਕੁਛ ਢਾਹ ਦਿੱਤਾ ਗਿਆ, ਸਿੱਟ ਦਿੱਤਾ ਗਿਆ ਗੁਰਦੁਆਰਾ 'ਤੇ, ਕਿਉਂਕਿ ਦਿਸਦਾ ਦੂਰੋਂ ਉਹ ਖੜਾ ਉਹਦੀ ਬਿਲਡਿੰਗ 'ਤੇ ਦਿਸ ਰਹੀ ਸੀ ਦਰਬਾਰ ਸਾਹਿਬ ਦੀ, ਉਹਦੇ ਨਾਲ ਜਿਹੜੇ ਥਾਂ ਸੀਗੇ ਜਿਹੜੇ ਖੂਹ ਸੀ ਖੂਸਨ ਦੋ ਅਤੇ ਬਾਬਾ ਜੀ ਦੇ ਦੌਰ ਦੀਆਂ ਟਾਲੀਆਂ ਗੁਲੀਆਂ ਸੀ, ਉਹਨਾਂ ਦੇ ਬਾਰੇ 'ਚ ਵੀ ਕਿਹਾ ਜਾ ਰਿਹਾ ਜੀ ਕਿ ਉਹ ਉੱਥੋਂ ਉਹਨਾਂ ਨੇ ਖਤਮ ਕਰ ਦਿੱਤਾ। ਕਿਉਂਕਿ ਇਹਦੇ ਵਿੱਚ ਅਸਲ ਵਜ੍ਹਾ ਉੱਥੋਂ ਬੜੀ, ਜਦੋਂ ਉੱਥੋਂ ਦੀਆਂ ਫੋਟੋਆਂ ਸ਼ੇਅਰ ਹੋਈਆਂ, ਫੋਟੋਆਂ ਜਿਹੜੀਆਂ ਸੀਗੀਆਂ ਉਹ ਸਰਕਾਰੀ ਤੌਰ 'ਤੇ ਜਾਰੀ ਕੀਤੀਆਂ ਗਈਆਂ, ਉਹਨਾਂ ਦੇ ਵਿੱਚ ਕਿਉਂਕਿ ਉਹ ਇੱਕ ਪੂਰਾ ਵੱਡੇ ਕੰਪਲੈਕਸ ਦੀ ਸੀ, ਦੂਰੋਂ ਖਿੱਚੀ ਗਈ ਸੀ, ਅਤੇ ਉਹਦੇ ਵਿੱਚ ਇੱਕ ਛੋਟੀ ਸ਼ੈ ਜਿਹੜੀ ਹੁੰਦੀ ਹੈ ਥੱਲੇ ਫਰਸ਼ ਦੇ ਨਾਲ, ਉਹ ਦਿਸਦੀ ਨਹੀਂ। ਉੱਥੋਂ ਇਸ ਜਿਹੜਾ ਸ਼ੁਭਾ ਸੀ ਉਹਨੂੰ ਬਹੁਤ ਜ਼ਿਆਦਾ ਤਾਕਤ ਮਿਲ ਗਈ, ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਸ਼ਾਇਦ ਉਹ ਢੱਕ ਗਿਆ। ਮੇਰੀ ਵੀ ਉੱਥੇ ਗੱਲਬਾਤ ਹੋਈ ਹੈ, ਕੋਸ਼ਿਸ਼ ਕੀਤੀ ਅਸੀਂ ਕਿ ਉੱਥੇ ਜਾ ਸਕੀਏ, ਕਿਉਂਕਿ ਜਾ ਮੈਂ ਵੀ ਨਹੀਂ ਸਕਿਆ, ਪਰ ਉੱਥੇ ਮੈਂ ਦੋਸਤਾਂ ਦੇ ਨਾਲ ਵੀ ਗੱਲ ਕੀਤੀ ਹੈ, ਕੋਈ ਹੋਰ ਸੋਰਸਿਸ ਜਿਹੜੇ ਸੀਗੇ ਉਹਨਾਂ ਦੇ ਨਾਲ ਵੀ ਮੈਂ ਕੋਸ਼ਿਸ਼ ਕੀਤੀ ਕਿ ਚੈੱਕ ਕਰਾਈਏ ਕਿ ਇਹਦੇ ਵਿੱਚ ਹਕੀਕਤ ਕੀ ਆ। ਇਹਦੇ ਵਿੱਚ ਕੋਈ ਹਕੀਕਤ ਐਸੀ ਹੈ ਨਹੀਂ, ਜਿਹੜੀ ਮੇਰੀ ਇਨਫੋਰਮੇਸ਼ਨ ਹੈ ਜਿਹੜੀ ਮੈਨੂੰ ਇਤਲਾਹ ਮਿਲੀ ਹੈ ਉਹਦੇ ਮੁਤਾਬਿਕ ਉਹ ਜਿਹੜੇ ਖੂਹ ਦੋਵੇਂ ਉਹ ਬਾਕੀ ਆ, ਉਵੇਂ ਦੇ ਉਵੇਂ, ਅਤੇ ਬਾਕੀ ਜਿਹੜਾ ਵਾ ਆਸੇ ਪਾਸੇ, ਕਿਉਂਕਿ ਜਿਹੜੀਆਂ ਕੰਧਾਂ ਸੀ ਜਾਂ ਕਮਰੇ ਸੀ, ਬਾਕੀ ਸ਼ੈਵਾਂ ਸੀ ਸਾਰੀਆਂ, ਗੁਰੂ ਦਾ ਲੰਗਰ ਸੀਗਾ, ਜੋੜਾ ਘਰ ਸੀ, ਸਾਰਾ ਕੁਛ ਮੌਜੂਦ ਸੀਗਾ, ਉਹ ਦੁਬਾਰਾ ਤੋਂ ਬਣਾਇਆ ਜਾ ਰਿਹਾ, ਕਿਉਂਕਿ ਬਣਾਇਆ ਵੀ ਬਾਅਦ 'ਚ ਗਿਆ ਸੀਗਾ, ਉਹਨੂੰ ਢੱਕਤਾ ਗਿਆ ਵਾ, ਉਹ ਬਣਾਇਆ ਜਾ ਰਿਹਾ। ਸਰੋਵਰ ਉੱਥੇ ਪਹਿਲੇ ਨਹੀਂ ਸੀ ਹੈ, ਉਹ ਬਣਾਇਆ ਜਾ ਰਿਹਾ, ਹੋਰ ਉੱਥੇ ਕਾਫੀ ਸਾਰੇ ਯਾਤਰੀਆਂ ਦੇ ਕਮਰੇ ਬਣਾਏ ਜਾ ਰਹੇ, ਬੜੇ ਵੱਡੇ ਕੰਪਲੈਕਸ ਬਣਾਏ ਜਾ ਰਹੇ, ਅਤੇ ਇਹਦੇ ਵਿੱਚ ਮੇਰੀ ਮਾਲੂਮਾਤ ਦੇ ਮੁਤਾਬਕ ਹੁਣ ਤੱਕ ਦੀਆਂ ਜਿਹੜੀਆਂ ਕਿ ਉਹ ਜਿਹੜੇ ਉੱਥੇ ਖੂਹ ਆ ਉਹ ਹੋ ਗਈਆਂ,
ਉਹ ਢਾਈ ਨਹੀਂ ਗਏ, ਉਹਨਾਂ ਨੂੰ ਰੱਖਿਆ ਗਿਆ ਵਾ, ਉਹ ਵੀ ਸਾਂਭਿਆ ਗਿਆ ਵਾ ਤਾਂ ਕਿ ਬਾਅਦ 'ਚ ਉਹਨਾਂ ਨੂੰ ਦੁਬਾਰਾ ਤੋਂ ਖੋਲ੍ਹਿਆ ਜਾ ਸਕੇ। ਜੀ ਸ਼ੁਕਰੀਆ ਮੀਆਂ ਸਾਹਿਬ, ਤੁਸੀਂ ਇਹ ਜਾਣਕਾਰੀ ਦਿੱਤੀ ਔਰ ਯਕੀਨਨ ਇਹ ਜਾਣਕਾਰੀ ਦੇਣਾ ਜ਼ਰੂਰੀ ਵੀ ਬਹੁਤ ਸੀ, ਇਸ ਦੀ ਬੜੀ ਲੋੜ ਸੀ। ਹੁਣ ਅਸੀਂ ਇੱਕ ਬੇਨਤੀ, ਇੱਕ ਦਰਖਾਸਤ, ਇੱਕ ਰਿਕੁਐਸਟ ਜਿਹੜੀ ਉਹਨਾਂ ਇਦਾਰਿਆਂ ਦਾ ਕਰਨਾ ਚਾਹੁੰਦੇ ਹਾਂ ਕਿ ਖਾਮ ਖਾ ਦੀਆਂ ਇਹ ਤਫਤੀਸ਼ਾਂ ਜਿਹੜੀਆਂ ਨੇ ਵੱਧ ਰਹੀਆਂ ਨੇ, ਨੈਗੇਟਿਵਿਟੀ ਵੱਧ ਰਹੀ ਹੈ ਕਿ ਇਹਨੂੰ ਜਿਹੜਾ ਤੁਸੀਂ ਬਿਲਕੁਲ ਬੰਦ ਕਰ ਦਿੱਤਾ, ਆਮ ਬੰਦਾ ਨਹੀਂ ਜਾ ਸਕਦਾ, ਔਰ ਇਹਦੇ ਵਿਚਕਾਰ ਜਿਹੜਾ 550ਵਾਂ ਜਨਮ ਦਿਹਾੜ ਮਨਾਇਆ ਜਾਣਾ ਹੈ ਉਹਦੇ ਅਗਰ ਟੋਟਲ ਅਸੀਂ ਦਿਨ ਵੀ ਗਿਣੀਏ ਤਾਂ ਕੋਈ 4-1 ਮਹੀਨੇ ਉਹਦੇ ਬਾਕੀ ਰਹਿੰਦੇ ਨੇ, ਔਰ ਜਿਹੜੀ ਇੱਕ ਡੈਡਲਾਈਨ ਦਿੱਤੀ ਗਈ ਪਾਕਿਸਤਾਨ ਵੱਲੋਂ ਕਿ ਅਸੀਂ ਇਹਨੂੰ ਕੰਪਲੀਟ ਕਰਾਂਗੇ ਉਹ ਅਗਸਤ ਦਿੱਤੀ ਗਈ ਹੈ। ਸੋ ਪਿੱਛੇ ਟਾਈਮ ਤਾਂ ਰਹਿੰਦਾ ਨਹੀਂ ਹੈ, ਜੋ ਕੰਮ ਮੈਕਸੀਮਮ ਕੰਮ ਹੋਣਾ ਸੀ ਅਸੀਂ ਜਿਹੜਾ ਸਾਡੇ ਸੁਣਨ ਦੇ ਵਿੱਚ ਆ ਰਹੀ ਹੈ ਕੋਈ 70-80% ਕੰਮ ਹੋ ਗਿਆ, ਅਤੇ ਫਿਰ ਇਹਨੂੰ ਆਵਾਮ ਨੂੰ ਦਿਖਾ ਦਿੱਤਾ ਜਾਵੇ ਕਿ ਉੱਥੇ ਕਿਹੜਾ ਕਿਹੜਾ ਕੰਮ ਹੋ ਰਿਹਾ ਤਾਂ ਕਿ ਮਨਫੀ ਜਿਹੜੀਆਂ ਖਬਰਾਂ ਹਨ ਉਹਨਾਂ ਨੂੰ ਜਗ੍ਹਾ ਹੀ ਨਾ ਮਿਲ ਸਕੇ ਇਸ ਕੋਰੀਡੋਰ ਦੇ ਵਿੱਚ। ਇਸ ਕੋਰੀਡੋਰ ਨੂੰ ਬਿਲਾ ਸ਼ੁਬਾ ਬਹੁਤ ਸਾਰੇ ਲੋਕ, ਬਹੁਤ ਸਾਰੀਆਂ ਤਾਕਤਾਂ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਔਰ ਉਹੀ ਇੱਕ ਐਸੀ ਜ਼ੇਨ ਸਾਜ਼ੀ ਕਰ ਰਹੀਆਂ ਹਨ ਕਿ ਉਹਦੇ ਪਿੱਛੇ ਸਾਨੂੰ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਅਗਰ ਆਵਾਮੀ ਕੋਈ ਮਸਲਾ ਹੈ, ਆਵਾਮ ਨਹੀਂ ਜਾ ਸਕਦੀ, ਤਾਂ ਕਮ ਅਜ਼ ਕਮ ਇਤਨਾ ਕਰ ਦਿੱਤਾ ਜਾਵੇ ਕਿ ਜਿਹੜਾ ਪਾਕਿਸਤਾਨੀ ਮੀਡੀਆ ਹੈ ਜਾਂ ਇੰਟਰਨੈਸ਼ਨਲ ਮੀਡੀਆ ਹੈ ਉਹਦੀ ਰਸਾਈ ਮੁਮਕਿਨ ਬਣਾ ਦਿੱਤੀ ਜਾਵੇ ਤਾਂ ਕਿ ਉੱਥੇ ਜੋ ਹੋ ਰਿਹਾ ਹੈ ਉਹ ਆਮ ਬੰਦੇ ਤੱਕ ਦਿਖਾਇਆ ਜਾ ਸਕੇ। ਇਹਦੇ ਨਾਲ ਹੀ ਇਜਾਜ਼ਤ ਦਿਓ, ਮਿਲਦੇ ਹਾਂ ਅਗਲੇ ਕਿਸੇ ਹੋਰ ਪ੍ਰੋਗਰਾਮ ਦੇ ਨਾਲ।